ਵਾਰਰ ਉਹਨੀ ਵਾਰਰ ਵਾਰ ਕਰਕੇ ਸਮਥਿੰਗ ਆ ਸੋ ਦੇਖੋ ਕਿਡਾ ਭੈਣ ਦਾ ਹਾਰਦਾ ਆਵੇ ਸਾਰਾ ਨਜ਼ਾਰਾ ਪੂਰਾ ਹਰਿਆਲੀ ਬਹੁਤ ਹੈ ਵੀ ਇਹ ਤਾਂ ਬੰਨਾ ਪਊਗਾ ਆਪਣਾ ਰੰਗੀ ਪੂਰੀ ਹਰਿਆਲੀ ਹੈ ਵਾਹ ਵਾਹ ਜੰਗਲ ਬਹੁਤ ਘਣੇ ਜੰਗਲ ਨੇ ਖਣੇ ਅਸੀਂ ਚੱਲੇ ਹਾਂ ਹੁਣ ਆਟੋ 'ਚ ਠੀਕ ਹੈ ਜੀ ਹਾਂ ਆਹ ਦੇਖੋ ਆਪਣੇ ਪੰਜਾਬ ਚ ਤਾਂ ਯਾਰ ਪੂਰਾ ਟਰਾਈ ਕਰਤਾ ਵੈਸੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਸੰਸਥਾਵਾਂ ਹੈ ਬਹੁਤ ਸਾਰੇ ਸਾਡੇ ਨੌਜਵਾਨ ਵੀਰ ਹੈ ਜਿਹੜੇ ਹੁਣ ਰੁੱਖ ਲਾਉਣ ਵਾਸਤੇ ਆਹ ਕੀ ਚੀਜ਼ ਹੈ ਯਾਰ ਪਤਾ ਨਹੀਂ ਐਂ ਲੱਗਦਾ ਜਿਵੇਂ ਕੋਈ ਜਾਨਵਰ ਹੁੰਦੇ ਹੈ ਨਾ ਬਹੁਤ ਯਤਨਸ਼ੀਲ ਹੈ ਆਪਣੇ ਪੰਜਾਬ ਵਿੱਚ ਵੀ ਅਤੇ ਵਾਕਈ ਇੰਨੀ ਜ਼ਿਆਦਾ ਹਰਿਆਲੀ ਹੋਣੀ ਚਾਹੀਦੀ ਹੈ ਬਹੁਤ ਵਧੀਆ ਗੱਲ ਹੈ ਬੜਾ ਵਧੀਆ ਲੱਗਦਾ ਅਸੀਂ ਕਲਕੱਤੇ ਤੋਂ ਦੋਸਤੋ ਕੋਈ ਬੈਠੇ ਹੈ 170 ਕਿਲੋਮੀਟਰ ਤੋਂ ਔਰ ਜਦ ਜਿਹੜਾ ਸਾਡਾ ਸ਼ੂਟਿੰਗ ਦੀ ਜਿਹੜੀ ਸਾਡੀ ਲੋਕੇਸ਼ਨ ਹੈ ਉਹ ਉਸ ਤੋਂ ਵੀ 70-80 ਕਿਲੋਮੀਟਰ ਅੱਗੇ ਹੈ ਤਾਂ ਮਤਲਬ ਹੁਣ ਅਸੀਂ 1-2 ਦਿਨਾਂ ਤੱਕ ਜਿਹੜਾ ਉਹ ਕਲਕੱਤੇ ਸ਼ੂਟਿੰਗ ਕਰਾਂਗੇ ਅੱਜ ਹੈ ਨਹੀਂ ਆਹ ਦੇਖੋ ਇੱਧਰਲੇ ਵੀ ਘਰ ਕਈ ਤਾਂ ਘਰ ਬਹੁਤ ਵਧੀਆ ਯਾਰ ਆਫਿਸ ਜੇ ਬਣਿਆ ਹੈ ਨਾ ਆਹ ਹੋਟਲ ਹੈ ਹਾਂ ਵਧੀਆ ਹੋਟਲ ਬਣਿਆ ਹੋਇਆ ਰੁੱਖ ਪੂਰੇ ਲੱਗੇ ਹੋਏ ਪੂਰੇ ਰੁੱਖ ਇੱਧਰ ਵੀ ਦੇਖ ਲਓ ਤੁਹਾਨੂੰ ਦੂਰ ਦੂਰ ਤੱਕ ਹਰਿਆਲੀ ਦਿਸੂਗੀ ਸਾਰੀ ਇਹ ਮਤਲਬ ਜਿਵੇਂ ਆਪਾਂ ਕਲਕੱਤੇ ਦੇ ਪਿੰਡ ਕਹਿ ਸਕਦੇ ਹਾਂ ਸਾਰੇ ਪਿੰਡ ਹੈ ਸ਼ਾਂਤੀ ਕੇਤਨ ਬਹੁਤ ਫੇਮਸ ਹੈ ਭਾਜੀ ਹਾਂ ਕਿਹੜਾ ਸ਼ਾਂਤਨ ਕੇਤਨ ਸ਼ਾਂਤਨ ਕੇਤਨ ਸ਼ਾਂਤਨ ਕੇਤਨ ਹਾਂ ਸ਼ਾਂਤਨ ਕੇਤਨ ਹੈ ਨਾ ਹਾਂ ਸ਼ਾਂਤਨ ਕੇਤਨ ਹੈ ਨਾ ਸ਼ਾਂਤਨ ਕੇਤਨ ਬਹੁਤ ਫੇਮਸ ਹੈ ਭਾਜੀ ਕੇਤਨ ਭੋਲਾਪੁਰ ਅਸਲ ਦੇ ਵਿੱਚ ਭੋਲਪੁਰ ਹਾਂ ਭੋਲਪੁਰ ਅਸੀਂ ਜਿਹੜੇ ਕਲਕੱਤੇ ਤੋਂ ਭੋਲਪੁਰ ਆਏ ਹਾਂ ਭੋਲਪੁਰ ਇੱਕ ਬਹੁਤ ਵਧੀਆ ਵੱਡਾ ਕਸਬਾ ਹੈ ਜਿਵੇਂ ਆਮ ਆਪਣੇ ਵੱਡੇ ਸ਼ਹਿਰ ਹੁੰਦੇ ਹੈ ਇਸ ਤਰ੍ਹਾਂ ਦਾ ਪਰ ਗਰੀਬੀ ਇੱਧਰ ਹੈ ਕਾਫੀ ਹੈ ਬੰਗਾਲ ਦੇ ਵਿੱਚ ਦੇਖ ਲਓ ਘਰਾਂ 'ਚ ਵੀ ਮਤਲਬ ਜਿਹੜੀ ਹੈ ਨਾ ਹਰਿਆਲੀ ਆ ਘਰਾਂ ਦੇ ਵਿੱਚ ਵੀ ਪੂਰੇ ਰੁੱਖ ਲਾਏ ਹੋਏ ਆ ਆਵੇ ਯੈਲੋ ਜੀ ਕੀਤੀ ਆ ਇਸ ਤਰ੍ਹਾਂ ਦਾ ਨਾਭੀ ਗੁਲਾਬੀ ਇੱਥੋਂ ਕਈ ਵਾਰੀ ਆ ਮੋਟਰਸਾਈਕਲ ਵਾਲੇ ਲੰਘਦੇ ਆ ਪੰਜਾਬ ਵਾਂਗੂ ਡਰ ਹੀ ਰਹਿੰਦਾ ਵੀ ਕੋਈ ਸਾਲਾ ਝਪੱਟ ਮਾਰ ਕੇ ਨਾ ਲੈ ਜੇ ਮੋਬਾਈਲ ਹੁਣ ਤਾਂ ਭੱਜਿਆ ਵੀ ਨਹੀਂ ਜਾਣਾ ਲੈ ਜਾ ਭਰਾਵਾ ਮਾਹੌਲ ਬਹੁਤ ਅੱਛਾ ਲੱਗਦਾ ਹੈ ਬਹੁਤ ਵਧੀਆ ਮਾਹੌਲ ਹੈ ਔਰ ਇੱਥੋਂ ਦੇ ਲੋਕ ਬੜੇ ਪਿਆਰੇ ਲੋਕ ਹੈ ਬੜੇ ਸ਼ਾਂਤ ਲੋਕ ਹੈ ਠੱਪੇ ਜੇ ਵਾਲੇ ਲੋਕ ਹੈ ਰੌਲਾ ਰੌਲਾ ਘੱਟ ਹੈ
ਤੇ ਹਾਂ ਰੌਲਾ ਰੱਪਾ ਜਾ ਬਹੁਤ ਘੱਟ ਹੈ, ਬੱਕਰੀਆਂ ਬੜੀਆਂ ਛੋਟੀਆਂ ਛੋਟੀਆਂ ਨੇ ਬਸ, ਹਾਂ ਲਾਸਟ ਆ ਬੜੇ ਬੜੇ ਛੋਟੇ ਛੋਟੇ ਜਿਹੜੇ ਕੱਦ ਹੈ। ਆ ਮੁੜ ਗਏ ਅਸੀਂ ਮੋੜ, ਅਸੀਂ ਕਿਸੇ ਇੱਕ ਮਾਰਕੀਟ ਹੈ ਇੱਥੇ ਬਹੁਤ ਮਸ਼ਹੂਰ, ਉਸ ਮਾਰਕੀਟ ਦੇ ਵਿੱਚ ਚੱਲੇ ਅਤੇ ਉਹ ਮਾਰਕੀਟ ਵੀ ਤੁਹਾਨੂੰ ਦਿਖਾਵਾਂਗੇ। ਕਹਿੰਦੇ ਵੀ ਜੋ ਉਸ ਮਾਰਕੀਟ 'ਚ ਮਿਲਦਾ ਹੈ ਉਹ ਤੁਹਾਨੂੰ ਹੋਰ ਕਿਤੋਂ ਵੀ ਅਵੇਲੇਬਲ ਨਹੀਂ ਹੋਊਗਾ, ਹੈਂਡਕ੍ਰਾਫਟ ਆ। ਹਾਂ ਬਿਲਕੁਲ, ਜੋ ਚੀਜ਼ਾਂ ਮਤਲਬ ਆਪਣੇ ਹੱਥੀਂ ਬਣਦੀਆਂ ਉਹ ਹੈ। ਮੈਂ ਸਰਦਾਰ ਇੱਥੇ ਇਕੱਲਾ ਹੀ ਹੈ, ਮੈਂ ਨੇੜੇ ਤੇੜੇ ਕੋਈ ਨਹੀਂ ਦੇਖਿਆ। ਉਹ ਆਪਣੇ ਇੱਧਰ ਕਲਕੱਤੇ ਵਿੱਚ ਜਾਵਾਂਗੇ ਤਾਂ ਉੱਥੇ ਜ਼ਰੂਰ ਹੈ, ਕਿਉਂਕਿ ਸਾਡੇ ਬਹੁਤ ਸਾਰੇ ਭਰਾ ਜਿਹੜੇ ਉਹ ਇੱਥੇ ਵਸੇ ਵੀ ਹੋਏ ਆ ਅਤੇ ਕਲਕੱਤੇ ਬਹੁਤ ਵੱਡੇ ਵੱਡੇ ਕੰਮ ਚਲਾਏ, ਟਰੱਕਾਂ ਦੇ ਕੰਮ, ਜ਼ਿਆਦਾ ਟਰੱਕਾਂ ਦਾ ਕੰਮ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਤੋਂ ਵੈਸੇ ਵੀ ਜਿਹੜਾ ਅਤੇ ਸਾਡੀ ਫਿਲਮ ਵੀ ਹੈ ਇਹੀ ਹੈ, ਯਾਰਾਂ ਦਾ ਟਰੱਕ ਬੱਲੀਏ ਹੈ ਨਾ ਜੀ। ਹੁਣ ਯਾਰਾਂ ਦਾ ਟਰੱਕ ਬੱਲੀਏ ਫਿਲਮ ਦਾ ਨਾਂ ਹੈ ਅਤੇ ਉਹ ਅਸੀਂ ਕਰਨਾ ਹੈ। ਸਾਡੇ ਜਿਹੜੇ ਟਰੱਕ ਹੈ ਉਹ ਪੰਜਾਬ ਤੋਂ ਯਾਨੀ ਕਲਕੱਤੇ ਆਏ ਹੋਏ ਆ ਅਤੇ ਸਾਰੇ ਡਰਾਈਵਰ ਜਿਹੜੇ ਇੱਥੇ ਅਸੀਂ ਕੀ ਕੀ ਰੰਗ ਲਾਉਣੇ ਆ ਉਹ ਤੁਹਾਨੂੰ ਫਿਲਮ ਦੇ ਵਿੱਚ ਦੇਖ ਕੇ ਪਤਾ ਲੱਗੂਗਾ। ਆਹ ਵੇਖੋ ਜੰਗਲ ਦੇਖੋ ਤੁਸੀਂ, ਸਾਰੀਆਂ ਗੱਲਾਂ ਛੱਡੋ, ਵੇਖੋ ਕਿੱਥੋਂ ਤੱਕ ਹੈ, ਦੂਰ ਦੂਰ ਤੱਕ। ਵਾਹ ਬਹੁਤ ਵਧੀਆ ਬਹੁਤ। ਸੋ ਦੋਸਤੋ ਸੱਜਣੋ ਇੱਧਰ ਵੀ ਨਾਲ ਨਾਲ ਨਹਿਰ ਹੈ, ਉਹ ਨਾਲ ਨਾਲ ਨਹਿਰ ਹੈ ਇੱਧਰ। ਕੱਚਾ ਜਿਹਾ ਰਸਤਾ ਹੈਗਾ, ਲੋਕ ਇੱਥੇ ਰੁੱਖ ਲੱਗੇ ਹੋਏ ਆ, ਲੋਕ ਵੈਸੇ ਆਉਂਦੇ ਆਨੰਦ ਲੈਣ। ਇਹਦਾ ਆਪਦਾ ਜਾਂ ਤਾਂ ਇੱਥੇ ਮੋਟਰਸਾਈਕਲ ਜਿਹਾ ਹੋਵੇ ਹੈ ਨਾ, ਜਾਂ ਫਿਰ ਗੱਡੀ, ਗੱਡੀਆਂ ਤੁਹਾਡੀਆਂ ਸਾਰੀਆਂ ਹੀ ਲੋਕੇਸ਼ਨ 'ਤੇ। ਫਿਰ ਚੱਲ ਸੱਜਣਾ ਅੱਜ ਆਟੋ 'ਤੇ ਚੱਲ, ਆਟੋ ਨੂੰ ਇੱਥੇ ਬੋਲਦੇ ਟੋਟੋ, ਮੈਨੂੰ ਸਮਝ ਨਾ ਆਵੇ। ਮੈਂ ਕਿਹਾ ਜੀ ਮੈਂ ਕਿਹਾ ਯਾਰ ਮੈਂ ਆਟੋ ਦੀ ਗੱਲ ਕਰ ਰਿਹਾ ਵੀ ਆਟੋ ਕਿੱਥੇ ਹੈ, ਇਹ ਤਾਂ ਉਹੀ ਚੀਜ਼ ਨਹੀਂ ਉਹ ਟੋਟੋ। ਮੈਂ ਕਿਹਾ ਅੱਛਾ ਇਹ ਆਟੋ ਨੂੰ ਟੋਟੋ ਕਹਿੰਦੇ। ਆਹ ਦੇਖ ਰੁੱਖ ਸਾਫ਼ ਸਫਾਈ, ਉਹ ਲੋਕ ਦੂਰ ਦੂਰ ਤੱਕ ਘੁੰਮਣ ਨਿਕਲ ਜਾਂਦੇ ਆ। ਹਾਂ ਆਹ ਦੇਖੋ ਆਟੋ ਵੀ ਖੜ੍ਹੇ ਆ ਇੱਥੇ, ਮੇਰੇ ਖੜ੍ਹੇ ਆ ਗਈ ਮਾਰਕੀਟ ਯਾਰ ਹੈ ਨਾ, ਉਹ ਸਾਹਮਣੇ ਆ ਗਈ ਮਾਰਕੀਟ। ਇੱਧਰ ਵੀ ਦੇਖੋ ਆਹ ਨਹਿਰ ਅਤੇ ਇੱਧਰ ਆਹ ਮਾਹੌਲ, ਆਹ ਆ ਗਈ ਜੀ ਉਹ ਮਾਰਕੀਟ ਜਿਹੜੀ ਅਸੀਂ ਭਾਲਦੇ ਸੀ। ਇਹੀ ਹੈ ਕਿ ਹੋਰ ਕੋਈ? ਅੱਛਾ ਜੀ ਇਹੀ ਹੈ, ਚਲੋ ਠੀਕ ਹੈ ਜੀ, ਧੰਨਵਾਦ। ਚੱਲਦੇ ਹਾਂ ਆਪਾਂ ਅਗਲਾ ਕਲਿੱਪ ਤੁਹਾਨੂੰ ਮਾਰਕੀਟ ਦੇ ਵਿੱਚ ਦਿਖਾਉਣੇ ਆ। ਥੈਂਕ ਯੂ।